ਹੋਰ ਫਿਰ ਕਿੱਦਾਂ ਸਾਰੇ? ਅੱਜ ਆਪਾਂ ਆਸਤਵਾਜੀ ਤੇ ਟੈਸਟਿੰਗ ਕਰਦੇ ਆਂ। ਆਸਤਵਾਜੀ ਦੇ ਉੱਤੇ ਸਿੰਪਲ ਆਸਤਵਾਜੀ ਆ ਇਹ, ਤੇ ਇਹਦੇ ਉੱਤੇ ਆਪਾਂ ਚਟਰ ਪਟਰ ਲਾ ਕੇ ਦੇਖਦੇ ਆਂ ਵੀ ਇਹ ਸਕਸੈਸਫੁਲ ਹੁੰਦੀ ਆ, ਚੱਲਦੀ ਆ ਕਿ ਨਹੀਂ ਚੈੱਕ ਕਰਦੇ ਆਂ ਆਪਾਂ। ਤੇ ਇਹਨੂੰ ਆਪਾਂ ਟੇਪ ਦੇ ਸਹਾਰੇ ਨਾਲ ਜੋੜਦੇ ਆ ਉੱਤੇ ਫਿਊਜ਼ ਨੂੰ ਇਹਦੇ ਨੂੰ, ਤੇ ਦੇਖਦੇ ਹਾਂ ਵੀ ਇਹ ਉੱਪਰ ਜਾ ਕੇ ਚੱਲਦੀ ਆ, ਇਹਨੂੰ ਭਾਰ ਚੱਕ ਪਾਉਂਦੀ ਆ, ਇਹਦਾ ਚੈੱਕ ਕਰਦੇ ਹਾਂ ਆਪਾਂ। ਫਾਇਜ਼ ਆਪਾਂ ਉੱਪਰ ਚਟਰ ਪਟਰ ਲਾ ਦਿੱਤੀ ਆ ਅਸਤਵਾਈ ਸਿੰਪਲ ਅਸਤਵਾਈ ਤੇ ਟੇਪ ਦੇ ਸਹਾਰੇ ਨਾਲ, ਤੇ ਚੈੱਕ ਕਰਦੇ ਹਾਂ ਇਹਨੂੰ ਵੀ ਇਹ ਚੱਲਦੀ ਆ ਕਿ ਭਾਰ ਚੱਕ ਪਾਉਂਦੀ ਆ ਇਹਦਾ ਕਿ ਨਹੀਂ। ਅਤੇ ਇੱਦਾਂ ਹੀ ਮੈਂ ਇੱਕ ਦੋ ਹੋਰ ਤਿਆਰ ਕੀਤੀਆਂ ਵਾ, ਇਹ ਛੋਟੀ ਅਸਤਵਾਜੀ ਆ, ਅਤੇ ਇੱਕ ਹੋਰ ਆ ਸੀਟੀ ਵਾਲੀ ਅਸਤਵਾਜੀ ਆ, ਇਹਦੇ ਉੱਤੇ ਸੀਟੀ ਦੇ ਉੱਤੇ ਸੀਟੀ ਲਾ ਦਿੱਤੀ, ਇਹ ਵੀ ਆਪਾਂ ਚੈੱਕ ਕਰਦੇ ਹਾਂ। ਇੱਕ ਆਪਾਂ ਆਹ ਚੈੱਕ ਕਰਦੇ ਹਾਂ, ਇਹਨਾਂ ਨੂੰ ਉੱਪਰ ਲੈ ਕੇ ਜਾਂਦੇ ਹਾਂ ਅਤੇ ਟੈਸਟਿੰਗ ਕਰਦੇ ਇਹਨਾਂ ਦੀ ਵੀ ਕੀ ਇਹ ਚੱਲਦੀਆਂ ਆ ਕਿ ਨਹੀਂ, ਕਿ ਇੱਥੇ ਥੱਲੇ ਰਹਿ ਜਾਂਦੀਆਂ। ਘਰੇ ਤਾਂ ਟਰਾਈ ਨਾ ਕਰਿਓ, ਰਿਸਕ ਵੀ ਹੋ ਸਕਦਾ ਵਾ, ਇੱਧਰ ਉੱਧਰ ਵੀ ਜਾ ਸਕਦੀ ਆ ਅਸਤਵਾਜੀ। ਗਾਇਜ਼ ਆਪਾਂ ਆਹ ਅਸਤਵਾਜੀ ਦੇ ਉੱਪਰ ਆਲੂ ਅੰਬ ਲਾ ਕੇ ਦੇਖਦੇ ਹਾਂ ਵੀ ਇਹ ਚੱਕ ਪਾਉਂਦੀ ਆ, ਵੈਸੇ ਸ਼ਾਇਦ ਹੀ ਚੱਕੇ। ਆਪਾਂ ਦੇਖ ਚੈੱਕ ਕਰਦੇ ਹਾਂ ਇਹਨੂੰ, ਮੈਂ ਫਿਊਜ਼ ਅੰਦਰ ਲਾ ਕੇ ਦੇਖਦੇ ਹਾਂ ਇਹਦੇ ਵੀ ਉੱਪਰ ਲੈ ਕੇ ਜਾਂਦੀ ਹੈ, ਇਹਦੀ ਵੀ ਮੋਟੀਵੇਸ਼ਨ ਕਰਦੇ ਹਾਂ ਇਹਨੂੰ ਤੋੜਦੇ ਹਾਂ ਉੱਪਰੋਂ। ਗਾਇਜ਼ ਦੇਖੋ ਇਹਦੇ ਵਿੱਚ ਬਹੁਤ ਛੋਟਾ ਜਿਹਾ ਬੰਬ ਪਾਇਆ ਹੋਇਆ ਇਹਨਾਂ ਨੇ, ਅਤੇ ਆਪਾਂ ਇਹਦੀ ਜਗ੍ਹਾ 'ਤੇ ਕਰਕੇ ਇਹਨੂੰ ਟੇਲ ਦੇ ਸਹਾਰੇ ਨਾਲ ਲਾ ਕੇ ਦੇਖਦੇ ਹਾਂ। ਵੈਸੇ ਇਹਦਾ ਵੇਟ ਬਹੁਤ ਜ਼ਿਆਦਾ ਵਾ, ਮੈਨੂੰ ਲੱਗਦਾ ਨਹੀਂ ਇਹ ਉੱਪਰ ਲੈ ਕੇ ਜਾਊ ਇਹਨੂੰ, ਬਾਕੀ ਆਪਾਂ ਚੈੱਕ ਕਰਦੇ ਹਾਂ। ਗਾਇਜ਼ ਆਪਾਂ ਇਹਨੂੰ ਇੱਦਾਂ ਜੋੜ ਦਿੱਤਾ ਵਾ ਉੱਪਰ, ਭਾਰੀ ਬਹੁਤ ਜ਼ਿਆਦਾ ਹੋ ਰਹੀ ਆ। ਚਲੋ ਟੈਸਟਿੰਗ ਕਰਦੇ ਹਾਂ ਸਾਰਿਆਂ ਦੀ, ਕਿਹੜੀ ਕਾਮਯਾਬ ਹੋ ਰਹੀ ਆ ਅਤੇ ਕਿਹੜੀ ਨਹੀਂ। ਚਲੋ ਆਪਾਂ ਚੱਲਦੇ ਹਾਂ ਉੱਪਰ ਅਤੇ ਫਿਰ ਆਪਾਂ ਟਰਾਈ ਕਰਦੇ ਹਾਂ। ਗਾਇਜ਼ ਪਹਿਲਾਂ ਆਪਾਂ ਇਹਦੀ ਚੈੱਕ ਕਰਦੇ ਹਾਂ ਟੈਸਟਿੰਗ, ਇਹਨੂੰ ਅੱਗ ਲਾਉਂਦੇ ਹਾਂ ਅਤੇ ਦੇਖਦੇ ਹਾਂ ਇਹ ਉੱਪਰ ਲੈ ਕੇ ਜਾ ਪਾਉਂਦੀ ਹੈ ਇਹਨੂੰ ਕਿ ਨਹੀਂ। ਅੱਗ ਲੱਗ ਗਈ ਆ, ਪਹਿਲੀ ਆਪਣੀ ਟੈਸਟਿੰਗ ਕਾਮਯਾਬ ਹੋ ਗਈ। ਚਲੋ ਅੱਗੇ ਵੱਧਦੇ ਹਾਂ, ਆਪਾਂ ਟਰਾਈ ਕਰਾਂਗੇ ਆਹ, ਇਹ ਛੋਟੀ ਅਸਤਵਾਜੀ ਆ, ਦੇਖਦੇ ਹਾਂ ਇਹ ਉੱਪਰ ਲੈ ਕੇ ਜਾ ਪਾਉਂਦੀ ਹੈ ਇਹਨੂੰ ਕਿ ਨਹੀਂ, ਇਹ ਵੀ ਆਪਾਂ ਚੈੱਕ ਕਰਦੇ ਹਾਂ। ਅੱਗ ਲਾ ਦਿੰਦੇ ਹਾਂ, ਅੱਗ ਲੱਗ ਗਈ, ਚੈੱਕ ਕਰਦੇ ਹਾਂ ਐਡੀ ਛੋਟੀ ਵਾਲੀ, ਇਹ ਸ਼ਾਇਦ ਹੀ ਇਹਨੂੰ ਉੱਪਰ ਚੱਕ ਸਕੇ, ਬਟ ਆਪਾਂ ਟਰਾਈ ਜ਼ਰੂਰ ਕਰਾਂਗੇ, ਚਾਹੇ ਥੱਲੇ ਰਹਿ ਜਾਵੇ। ਅੱਗ ਲਾਉਂਦੇ ਹਾਂ ਇਹਨੂੰ, ਉਹਦਾ ਕਾਮਯਾਬ ਹੋ ਨਹੀਂ ਪਾਈ ਛੋਟੀ ਵਾਲੀ, ਅਤੇ ਇਦੂ ਬਾਅਦ ਆਹ ਦੇਖਦੇ ਹਾਂ ਕਿੰਨੀ ਕੁ ਦੂਰ ਤੱਕ ਜਾ ਪਾਉਂਦੀ ਹੈ, ਤਾਂ ਬਹੁਤ ਥੱਲੇ ਰਹਿ ਗਈ, ਕੋਈ ਹੈ ਨਹੀਂ ਸੀ ਥੱਲੇ, ਅਤੇ ਘਰ ਟਰਾਈ ਨਾ ਕਰਿਓ ਇਹ, ਤਿੰਨ ਇਹਨੂੰ ਆਪਾਂ ਦੇਖਦੇ ਹਾਂ ਇਹ ਉੱਪਰ ਜਾਂਦੀ ਹੈ ਕਿ ਨਹੀਂ। ਗਾਇਜ਼ ਸੀਟੀ ਵਾਲੀ ਜਿਹੜੀ ਕੋਕ ਦੀ ਉਹ ਕਾਮਯਾਬ ਨਹੀਂ ਹੈਗੀ ਅਸਤਵਾਜੀ, ਮਿੰਨੀ ਵਾਲੀ, ਅਤੇ ਆਪਾਂ ਦੇਖਦੇ ਹਾਂ ਸੁਨੰਦਿਆਂ ਦੀ, ਇਹ ਤਾਂ ਆਪਣੀ ਕਾਮਯਾਬੀ ਆ, ਸਹੀ ਚੱਲਦੀ ਆ। ਅਤੇ ਆਪਾਂ ਹੁਣ ਥੋੜ੍ਹੀ ਲੋਕੇਸ਼ਨ ਚੇਂਜ ਕਰ ਲਈ, ਉਹ ਗਲਤ ਪਾਸੇ ਜਾ ਰਹੀ ਸੀ, ਅਤੇ ਦੇਖਦੇ ਹਾਂ ਕਿੱਧਰ ਜਾਂਦੀ ਆ। ਪੂਰੀ ਕਾਮਯਾਬ ਆ, ਗਾਇਜ਼ ਆਖਰੀ ਰਹਿ ਗਈ ਆ ਹੁਣ, ਅਤੇ ਡਰ ਜਿਹਾ ਵੀ ਲੱਗ ਰਿਹਾ ਥੋੜ੍ਹਾ ਜਿਹਾ ਵੀ ਇੱਥੇ ਹੀ ਨਾ ਰਹਿ ਜੇ।
बाकी मैं लगता नहीं ये दूर जा पाऊगी। चलो भाई जी आप कलू टेस्ट करते हैं हूँ लंबा लूंबा ना जी। चलो भाई चेक कर लेना देखी जाओ फिर की होंगे। ਡਰਦਾ ਦੇ ਚਲੋ ਇਸ ਵਲੋਗ ਨੂੰ ਕਰਦੇ ਐਂਡ ਅਤੇ ਹੋ ਸਕੇ ਤਾਂ ਘਰੇ ਟਰਾਈ ਨਾ ਹੀ ਕਰਿਓ ਥੋੜ੍ਹਾ ਰਿਸਕੀ ਆ ਕੰਮ ਅਤੇ ਆਪਾਂ ਤੁਹਾਨੂੰ ਟੈਸਟਿੰਗ ਕਰਕੇ ਦਿਖਾਉਣੀ ਸੀ ਉਹ ਦਿਖਾਤੀ ਅਤੇ ਤੁਹਾਨੂੰ ਦੇਖ ਹੀ ਲਿਆ ਹੋਊਗਾ ਵੀਡੀਓ 'ਚ ਵੀ ਕਿਹੜੀ ਅਸਤਵਾਜੀ ਕਿਸ ਚੀਜ਼ ਨੂੰ ਚੱਕ ਸਕਦੀ ਆ ਕਿਤੇ ਵੱਡੀ ਅਸਤਵਾਜੀ ਨਹੀਂ ਉਹ ਸ਼ਾਇਦ ਹੋ ਜਾਏ ਆਪਾਂ ਉਹਦਾ ਵੀ ਵਲੋਗ ਅੱਗੇ ਦੱਸਾਂਗੇ ਤੁਹਾਨੂੰ ਅਤੇ ਹੁਣ ਦੇ ਲਈ ਆਪਾਂ ਵਲੋਗ ਕਰਦੇ ਐਂਡ ਮਿਲਦੇ ਤੁਹਾਨੂੰ ਅਗਲੀ ਵੀਡੀਓ।